ਬਰਨਾਲਾ ਸ਼ਹਿਰ ਵਿੱਚ ਕਿਸਾਨ ਅਤੇ ਪ੍ਰਵਾਸੀ ਭਈਆਂ ਦਾ ਇੱਕ ਵਾਰ ਫਿਰ ਵੱਡਾ ਪੰਗਾ ਪੈ ਗਿਆ। ਦੱਸਿਆ ਜਾ ਰਿਹਾ ਕਿਸਾਨਾਂ ਨਾਲ ਭਈਆਂ ਵੱਲੋਂ ਵੱਡੇ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਸਬਜ਼ੀ ਮੰਡੀ ਦੇ ਵਿੱਚ ਵੱਡਾ ਵਿਵਾਦ ਹੋ ਗਿਆ। ਕਿਸਾਨ ਬਾਬੇ ਨੇ ਵੀਡੀਓ ਵਿੱਚ ਦੱਸਿਆ ਕਿ ਮੈਂ ਬੀਤੇ ਦਿਨ ਸਬਜ਼ੀ ਮੰਡੀ ਵਿੱਚ ਸਬਜ਼ੀ ਵੇਚਦਾ ਸੀ ਅਤੇ 12-13 ਭਈਆਂ ਦਾ ਹਜੂਮ ਆ ਕੇ ਮੇਰੇ ਨਾਲ ਧੱਕੇਸ਼ਾਹੀ ਕਰਨ ਲੱਗ ਪਿਆ ਅਤੇ ਮੈਨੂੰ ਭੱਦੇ ਸ਼ਬਦ ਵੀ ਬੋਲੇ। ਸੋਸ਼ਲ ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਬਾਬਾ ਬਜ਼ੁਰਗ ਕਿਸਾਨ ਆਪਣੇ ਖੇਤਾਂ 'ਚੋਂ ਸਿੱਧੀ ਸਬਜ਼ੀ ਲਿਆ ਕੇ ਮੰਡੀ ਵਿੱਚ ਵੇਚਦਾ ਸੀ। ਇਸੇ ਗੱਲ ਨੂੰ ਲੈ ਕੇ ਬਾਬੇ ਦਾ ਪ੍ਰਵਾਸੀ ਭਈਆਂ ਨਾਲ ਪੰਗਾ ਪੈ ਗਿਆ। ਜਦੋਂ ਲੋਕ ਬਜ਼ੁਰਗ ਨਾਲ ਹੋ ਰਹੀ ਧੱਕੇਸ਼ਾਹੀ ਦੇਖਦੇ ਤਾਂ ਸਾਰੇ ਇਕੱਠੇ ਹੋ ਜਾਂਦੇ ਨੇ। ਇਸ ਤੋਂ ਬਾਅਦ ਜੋ ਭਈਆਂ ਦਾ ਟੋਲਾ ਹੁੰਦਾ ਉਹ ਉੱਥੋਂ ਚਲਾ ਜਾਂਦਾ ਹੈ। ਅਤੇ ਦੋਸਤੋ ਇਹ ਜਿਹੜਾ ਵੱਡਾ ਪੰਗਾ ਹੋਇਆ ਇਹ ਸਬਜ਼ੀ ਵੇਚਣ ਨੂੰ ਲੈ ਕੇ ਹੋਇਆ, ਕਿਉਂਕਿ ਜੋ ਕਿਸਾਨ ਆਪਣੇ ਖੇਤਾਂ ਵਿੱਚੋਂ ਸਬਜ਼ੀ ਵੇਚਣ ਲਈ ਸਿੱਧੀ ਲੈ ਕੇ ਆਉਂਦਾ ਹੈ, ਇਸ ਵਿੱਚ ਜੋ ਹੋਰ ਸਬਜ਼ੀ ਵੇਚਣ ਵਾਲੇ ਹੁੰਦੇ ਉਹਨਾਂ ਨੂੰ ਬਹੁਤ ਨੁਕਸਾਨ ਹੁੰਦਾ, ਕਿਉਂਕਿ ਉਹਨਾਂ ਨੇ ਮੰਡੀ ਦੇ ਭਾਅ ਤੋਂ ਮਹਿੰਗੀ ਸਬਜ਼ੀ ਖਰੀਦਣੀ ਹੁੰਦੀ ਹੈ ਅਤੇ ਫਿਰ ਉਸ ਨੂੰ ਵੇਚਣਾ ਵੀ ਮਹਿੰਗੇ ਭਾਅ 'ਤੇ ਪੈਂਦਾ ਹੈ। ਪਰ ਆਪਣੇ ਖੇਤਾਂ 'ਚੋਂ ਸਬਜ਼ੀ ਲਿਆ ਕੇ ਆਇਆ ਕਿਸਾਨ ਇੱਕ ਤਾਂ ਸਸਤੇ ਰੇਟ 'ਤੇ ਵੇਚਦਾ, ਦੂਜਾ ਉਹਦੀ ਸਬਜ਼ੀ ਵਧੀਆ ਹੁੰਦੀ ਹੈ, ਇਸ ਕਰਕੇ ਜੋ ਬਾਕੀ ਹੁੰਦੇ ਨੇ ਉਹਨਾਂ ਨੂੰ ਸੇਲ ਘੱਟ ਹੁੰਦੀ ਹੈ, ਜਿਸ ਨੂੰ ਲੈ ਕੇ ਆਏ ਦਿਨ ਇਸ ਤਰ੍ਹਾਂ ਦੇ ਪੰਗੇ ਦੇਖਣ ਨੂੰ ਮਿਲਦੇ ਰਹਿੰਦੇ ਹਨ।